ਮੁਬਾਰਕਾਂ ਸਰ ਜੀ, ਹੁਣ ਤਾਂ ਤੁਸੀਂ ਮੈਨੇਜਰ ਬਣ ਗਏ। ਬਣਨਾ ਕਿਉਂ ਨਹੀਂ ਸੀ ਚੰਦਨ ਯਾਰ, ਇੰਨੀਆਂ ਡਿਗਰੀਆਂ ਕੀਤੀਆਂ, ਫਿਰ ਕਾਲਜ 'ਚ ਵੀ ਟੌਪ ਕੀਤਾ, ਫਿਰ ਆਪਾਂ ਆਪਣਾ ਸਟੇਟਸ ਵੀ ਤਾਂ ਬਣਾ ਕੇ ਰੱਖਿਆ। ਬਿਲਕੁਲ ਸਰ ਜੀ, ਸਰ ਹੁਣ ਤਾਂ ਪਾਰਟੀ ਬਣਦੀ ਤੁਹਾਡੇ ਵੱਲ। ਪਾਰਟੀ ਤਾਂ ਕਰਾਂਗੇ, 2 ਮਿੰਟ ਗੱਡੀ ਰੋਕ ਸਾਈਡ ਤੇ। ਸਰ ਕੀ ਹੋਇਆ? ਮੈਂ 2 ਮਿੰਟ ਹਲਕਾ ਹੋ ਕੇ ਆਇਆ। ਸਰ ਸਾਹਮਣੇ ਪੈਟਰੋਲ ਪੰਪ, ਉੱਥੇ ਟਾਇਲਟ ਯੂਜ਼ ਕਰ ਲਓ। ਉਹ ਟਾਇਲਟ 'ਚ ਕੀ ਕਰਨਾ, 2 ਮਿੰਟ ਦਾ ਕੰਮ ਆ, ਖੁੱਲ੍ਹੇ 'ਚ ਕਰੋ, ਆਰਾਮ ਨਾਲ ਕਰੋ। ਮੈਂ ਹੁਣੇ ਆਇਆ। ਆਰਾਮ ਆ ਗਿਆ, ਚੱਲ ਵੀ ਹੁਣ। ਓਕੇ ਸਰ। ਲੈ ਚੰਦਨ, ਘਰ ਆ ਗਿਆ ਆਪਣਾ। ਉਹ ਪਾਗਲ ਆ ਤੂੰ, ਘਰ ਆ ਮੇਰਾ, ਸ਼ਰਮ ਕਰ, ਅੰਦਰ ਟਾਇਲਟ ਯੂਜ਼ ਕਰ ਲਾ। ਵਾਹ ਸਰ ਜੀ ਵਾਹ, ਇਹ ਤੁਹਾਡਾ ਘਰ ਤੇ ਜਿੱਥੇ ਤੁਸੀਂ ਕਰਕੇ ਆਏ ਸੀ ਉਹ ਨਹੀਂ ਸੀ ਕਿਸੇ ਦਾ ਘਰ? ਸਟੇਟਸ ਰੱਖਣ ਨਾਲ ਸਮਾਜ ਨਹੀਂ ਚੇਂਜ ਹੁੰਦਾ, ਪਹਿਲਾਂ ਆਪਣੇ ਆਪ ਨੂੰ ਬਦਲੋ, ਫਿਰ ਸਮਾਜ ਨੂੰ ਬਦਲੋ। ਹੁਣ ਤਾਂ ਪੰਜਾਬ ਸਰਕਾਰ ਵੀ ਲੋਕਾਂ ਨੂੰ ਸਵੱਛ ਅਤੇ ਸਵਸਥ ਰਹਿਣ ਲਈ ਜਾਗਰੂਕ ਕਰ ਰਹੀ ਹੈ। ਪੰਜਾਬ ਸਰਕਾਰ ਦਾ ਇੱਕੋ ਹੀ ਸੁਪਨਾ, ਬਦਲਦਾ ਪੰਜਾਬ, ਵੱਧਦਾ ਪੰਜਾਬ। ਇੱਕ ਪਹਿਲ ਤੁਹਾਡੇ ਵੱਲੋਂ, ਇੱਕ ਪਹਿਲ ਸਾਡੇ ਵੱਲੋਂ, ਆਓ ਮਿਲ ਕੇ ਬਣਾਈਏ ਪੰਜਾਬ ਨੂੰ ਸਵੱਛ ਅਤੇ ਸਵਸਥ।